ਸੰਦੀਪ ਨੰਗਲੰਬੀਆਂ ਕਬੱਡੀ ਦਾ ਇੱਕ ਵੱਡਾ ਨਾਮ ਸੀ, ਜਿਸ ਦਾ ਕਿ ਪੰਜਾਬ ਵਿੱਚ 14 ਮਾਰਚ 2022 ਨੂੰ ਕਬੱਡੀ ਦੇ ਮੈਦਾਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੇ ਦਾਰ ਕੈਨੇਡਾ ਅਤੇ US ਤੱਕ ਜੁੜੇ ਅਤੇ ਗ੍ਰਿਫਤਾਰੀਆਂ ਵੀ ਹੋਈਆਂ। ਹਾਲਾਂਕਿ ਇਸ ਮਾਮਲੇ ਵਿੱਚ ਕਈ ਨਾਮ ਸਾਹਮਣੇ ਆਏ। ਬੀਤੇ ਦਿਨੀ ਇਸ ਕੇਸ ਵਿੱਚ ਜਿਨ੍ਹਾਂ ਦੇ ਨਾਮ ਦਰਜ ਕੀਤੇ ਗਏ ਸੀ, ਇਹਨਾਂ ਵਿੱਚ ਸੁਰਜਣ ਸਿੰਘ ਚੱਠਾ, ਸੁਖਵਿੰਦਰ ਮਾਨ, ਪ੍ਰੈਜ਼ੀਡੈਂਟ ਵਰਲਡ ਕਬੱਡੀ ਡੋਪਿੰਗ ਕਮੇਟੀ ਤੇ ਸਰਬਜੀਤ ਸਿੰਘ ਸਬਾਥੀਆੜਾ, ਆਨਰ ਆਫ ਰਾਇਲ ਕਿੰਗਸ ਕਬੱਡੀ ਕਲੱਬ US ਦੇ ਨਾਮ ਵੀ ਸ਼ਾਮਲ ਸਨ। ਬੀਤੇ ਦਿਨੀ ਅੰਟੈਰੀਓ BC ਅਤੇ US ਦੇ ਕੁਝ ਕਬੱਡੀ ਪ੍ਰਮੋਟਰਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਵਾਈ ਗਈ। ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਅੰਟੈਰੀਓ ਹੇਠ ਕਰਵਾਈ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਕਬੱਡੀ ਪ੍ਰਮੋਟਰਸ ਦੇ ਵੱਲੋਂ ਇਸ ਕੇਸ ਦੇ ਬਾਰੇ ਵਿੱਚ ਖੁੱਲ੍ਹ ਕੇ ਗੱਲਾਂ ਕੀਤੀਆਂ ਗਈਆਂ। ਮੇਰਾ ਨਾਂ ਸੁਖਵਿੰਦਰ ਸਿੰਘ ਸੁੱਖਾ ਮਾਨ। ਅੱਜ ਦੀ ਜਿਹੜੀ ਮੀਡੀਆ ਪ੍ਰੈਸ ਕਾਨਫਰੰਸ ਜਿਹੜੀ ਆਯੋਜਿਤ ਕੀਤੀ ਗਈ ਆ ਫੈਡਰੇਸ਼ਨ ਦੇ ਤੌਰ 'ਤੇ ਅਤੇ ਸਾਡੇ ਪਰਿਵਾਰਾਂ ਦੇ ਅਤੇ ਸਾਡੇ ਤੌਰ 'ਤੇ ਜਿਹੜੀ ਇਹ ਫੈਡਰੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ, ਇਹ ਸੰਦੀਪ ਨੰਗਲੰਬੀਆਂ ਮਰਡਰ ਕੇਸ ਜਿਹੜਾ ਕਿ ਪਿਛਲੇ 2 ਸਾਲਾਂ ਤੋਂ ਕਾਫੀ ਹਾਈਲਾਈਟ ਦੇ ਵਿੱਚ ਸੀ ਅਤੇ ਸਾਡੇ ਨਾਂ ਉਹਦੇ ਵਿੱਚ ਪਰਿਵਾਰ ਵੱਲੋਂ ਅਤੇ ਇੱਥੋਂ ਕੁਛ ਫੈਡਰੇਸ਼ਨਾਂ ਜਾਂ ਹੋਰ ਬੰਦਿਆਂ ਵੱਲੋਂ ਲਿਖਾਏ ਗਏ, ਉਹਦੇ ਉੱਤੇ ਮੀਡੀਆ ਦੇ ਵਿੱਚ ਬਹੁਤ ਚਰਚਾ ਚੱਲਦੀ ਰਹੀ ਆ। ਅੱਜ 2 ਸਾਲ ਦੇ ਲੰਮੇ ਸਮੇਂ ਬਾਅਦ ਅਸੀਂ ਉਸ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਅਤੇ ਪਾਸ ਦੇ ਵਿੱਚ ਜਿਹੜੇ ਜਿੰਨੇ ਵੀ ਇਸ਼ੂ ਹੋਏ ਫੈਡਰੇਸ਼ਨ ਦੇ ਵਿੱਚ, ਜਿਨ੍ਹਾਂ ਕਾਰਨਾਂ ਕਰਕੇ ਸਾਨੂੰ ਇਹ ਪੀੜਾ ਸਾਡੇ ਪਰਿਵਾਰਾਂ ਨੂੰ ਹਟਾਉਣੀ ਪਈ, ਉਹਦੇ ਉੱਤੇ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਚਰਚਾ ਕਰਾਂਗੇ। ਇਸ ਦੇ ਵਿੱਚ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨਾ ਵੀ ਪਾਸ ਦੇ ਵਿੱਚ ਕਬੱਡੀ ਦੇ ਵਿੱਚ ਜਿੰਨਾ ਡਰੱਗ ਟੈਸਟਾਂ ਨੂੰ ਲੈ ਕੇ ਜਾਂ ਗੈਂਗਸਟਰਵਾਦ ਨੂੰ ਲੈ ਕੇ ਜਾਂ ਹੋਰ ਸਾਰੀਆਂ ਗੱਲਾਂ ਕਬੱਡੀ ਦੇ ਵਿੱਚ ਚੱਲਦੀਆਂ, ਅੱਜ ਕਬੱਡੀ ਦੇ ਵਿੱਚ ਜਦੋਂ ਅਸੀਂ ਡਰੱਗ ਟੈਸਟਾਂ ਦੀ ਗੱਲ ਕਰਦੇ ਹੋਏ 12-13 ਫੈਡਰੇਸ਼ਨਾਂ ਦੀ, ਅੱਜ ਤਕਰੀਬਨ 20 ਦੇ ਨੇੜੇ ਤੇੜੇ ਪਹੁੰਚ ਗਈਆਂ ਅਤੇ ਕਬੱਡੀ ਕਿੱਧਰ ਨੂੰ ਆਪੇ ਹੀ ਕਰਵਟਾਂ ਲੈਂਦੀ ਜਾ ਰਹੀ ਹੈ। ਇਹਦੇ ਉੱਤੇ ਕਾਫੀ ਖੁੱਲ੍ਹੀ ਵਿਚਾਰ ਚਰਚਾ ਹੋਊ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸਾਡੀਆਂ ਸਾਰੀਆਂ ਫੈਡਰੇਸ਼ਨਾਂ ਇੱਥੇ ਮੌਜੂਦ ਆ ਜੀ, ਟੋਰਾਂਟੋ ਵਾਲੀ ਫੈਡਰੇਸ਼ਨ, ਅਮੈਰੀਕਾ ਤੋਂ, ਫਿਰ ਆਪਣੇ BC ਤੋਂ ਵੀ ਅਸੀਂ ਪਹੁੰਚੇ ਹੋਏ ਹਾਂ ਜੀ। ਸੰਦੀਪ ਨੰਗਲੰਬੀਆਂ ਨੂੰ 2.25 ਸਾਲ ਹੋ ਗਿਆ, ਹਾਲੇ ਕਿ ਕੋਈ ਵੀ ਉਹਦਾ ਕੁਛ ਨਹੀਂ ਮਿਲਿਆ, ਕੋਈ ਕਾਤਲ ਨਹੀਂ ਫੜਿਆ ਗਿਆ। ਜਿਨ੍ਹਾਂ ਨੇ ਸਾਡੇ 'ਤੇ ਝੂਠੇ ਇਲਜ਼ਾਮ ਸਾਡੀਆਂ ਫੈਡਰੇਸ਼ਨਾਂ 'ਤੇ ਲਾਏ ਆ, ਉਹ ਅਸੀਂ ਜੱਗ ਜ਼ਾਹਰ ਕਰਨ ਲਈ ਇੱਥੇ ਪਹੁੰਚੇ ਹੋਏ ਹਾਂ। ਅਤੇ ਟੋਰਾਂਟੋ ਦੇ ਜਿੰਨੇ ਵੀ ਕਬੱਡੀ ਦੇ ਪਤਵੰਤੇ ਸੱਜਣ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਤੁਹਾਨੂੰ ਪਤਾ ਤਾਂ ਲੱਗ ਹੀ ਗਿਆ, ਤੁਹਾਡੇ ਦਿਲਾਂ ਦੇ ਵਿੱਚ ਇਹ ਪਾਇਆ ਹੋਇਆ ਵੀ ਇਹ ਫੈਡਰੇਸ਼ਨਾਂ ਨੇ ਕਰਾ ਕੇ ਜੋ ਸੰਦੀਪ ਦਾ ਕੁਛ ਕਾਤਲ ਹੋਇਆ ਵੀ ਇਹ ਫੈਡਰੇਸ਼ਨਾਂ ਜ਼ਿੰਮੇਵਾਰ ਆ। ਪਰ ਇਹ ਹੁਣ ਸਾਰਿਆਂ ਲੋਕਾਂ ਨੂੰ ਪਤਾ ਲੱਗ ਗਿਆ ਜੀ ਕੌਣ ਜ਼ਿੰਮੇਵਾਰ ਆ। ਸਾਡੇ ਟੂਰਨਾਮੈਂਟਾਂ 'ਤੇ ਆਓ, ਵਧੀਆ ਪਲੇਅਰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੌਰਾਨ ਸੁਖਾਮਾਨ ਨੇ ਆਪਣੇ ਆਪ ਨੂੰ ਅਤੇ ਫੈਡਰੇਸ਼ਨ ਦੇ ਬਾਕੀ ਮੈਂਬਰਾਂ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਹਨਾਂ ਦੇ ਵੱਲੋਂ ਨਸ਼ਾ ਮੁਕਤ ਕਬੱਡੀ ਕਰਵਾਉਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਸੀ, ਉਸ ਨੂੰ ਉਸ ਤੇ ਚੱਲਦਿਆਂ ਹੀ ਇਸ ਸਭ 'ਚੋਂ ਲੰਘਣਾ ਪੈ ਰਿਹਾ ਹੈ। ਅਸੀਂ ਡਰੱਗ ਟੈਸਟ ਦੀ ਗੱਲ 2015-16 ਤੋਂ ਕਰਨੀ ਮੈਂ ਸ਼ੁਰੂ ਕੀਤੀ, ਕੁਛ ਬੰਦਿਆਂ ਨਾਲ ਗੱਲ ਕੀਤੀ, ਸਾਲ 2 ਸਾਲ ਤਾਂ ਗੱਲ ਆਈ ਗਈ ਚੱਲਦੀ ਰਹੀ, ਪਤਾ ਸਭ ਨੂੰ ਸੀ। ਕਿਸੇ ਨੇ ਡਰੱਗ ਟੈਸਟਾਂ ਦੀ ਗੱਲ 'ਤੇ ਪਾਣੀ ਨਹੀਂ ਪੈਣ ਦਿੱਤਾ। 17 'ਚ ਡਰੱਗ ਟੈਸਟ ਕਰਾਉਣੇ ਸ਼ੁਰੂ ਕੀਤੇ, ਪਹਿਲੇ ਹੀ ਦਿਨ ਡਰੱਗ ਟੈਸਟਾਂ ਵਾਲੇ ਦਿਨ ਅਸੀਂ ਟੀਮ ਖੜਾ ਕੇ, ਟੀਮ ਬਾਹਰ ਆਈ, ਟੈਸਟ ਕਰਨ ਲਈ ਪਲੇਅਰਾਂ ਨੂੰ ਸੱਦਿਆ, ਜਿਹੜੀ ਟੀਮ ਹਾਰ ਕੇ ਚਲੀ ਗਈ, ਸਾਰਿਆਂ ਦੇ ਰੈਂਡਮਲੀ 2-2 ਟੈਸਟ ਕਰਨੇ ਸੀਗੇ। ਕਹਿੰਦੇ ਜੀ ਸਾਡੀ ਟੀਮ ਨੇ 20 ਲਾ ਲਈਆਂ ਜਾ ਕੇ, ਹੁਣ ਲੇਟ ਹੋ ਗਿਆ, ਹੁਣ ਹੋਣੇ ਨਹੀਂ। ਪਹਿਲੇ ਦਿਨ ਹੀ ਟੈਂਟ ਚੁਕਾਉਣਾ ਪੈ ਗਿਆ, ਪਹਿਲੇ ਹੀ ਦਿਨ। ਦੂਜੇ ਦਿਨ ਮੀਟਿੰਗ ਹੋਈ, 1 ਹਫ਼ਤੇ ਬਾਅਦ ਫਿਰ ਟੂਰਨਾਮੈਂਟ ਲੋਕਲ, ਫਿਰ ਟੈਂਟ ਲਵਾਇਆ। ਅਸੀਂ ਗਰਾਊਂਡ 'ਚ ਟੀਮ ਖਿਲਾਉਂਦੇ ਹਾਂ, ਮੈਂ ਅਤੇ ਕਾਲਾ ਹਾਂਸ, ਅਸੀਂ ਦੋਨੇ ਮੈਟਰੋ ਦੇ ਵਿੱਚ ਸੀ। ਹਲੇ ਫਾਈਨਲ ਮੈਚ ਚੱਲ ਕੇ ਹਟਿਆ, 2
ਪਲੇਅਰ ਜਿਹੜੇ ਸੀਗੇ ਉਹ ਸਾਡੀ ਟੀਮ ਦੇ, ਦੋ ਦੂਜੀ ਦੇ, ਉਹਨਾਂ ਦਾ ਟੈਸਟ ਹੋਣਾ ਸੀਗਾ, ਰੈਂਡਮ ਟੈਸਟ, ਵੀ ਇਹਨਾਂ ਨੇ ਕੁਛ ਖਾ ਕੇ ਤਾਂ ਨਹੀਂ ਪਲੇਅ ਕੀਤਾ। ਬਾਹਰ ਆਏ ਆਉਂਦਿਆਂ ਨੂੰ ਟੈਂਟ ਹੀ ਚੁਕਾਤਾ, ਕਹਿੰਦੇ ਜੀ ਟੈਸਟ ਹੋਣਾ ਨੀਗਾ। ਅਸੀਂ ਬਾਹਰ ਆਏ, ਕਹਿੰਦੇ ਜੀ ਉਹ ਤਾਂ ਚਲੇ ਗਏ। ਕਾਫੀ ਖੱਜਲ ਖੁਆਰੀ ਹੋਈ ਸਾਰੇ ਸੀਜ਼ਨ ਦੇ ਵਿੱਚ, ਕੁਛ ਨਹੀਂ ਹੋਇਆ। ਵਾਰੀ ਆ ਗਈ 2018 ਦੀ। 2018 ਦੇ ਵਿੱਚ ਮੈਂ ਪ੍ਰਿੰਸੀਪਲ ਸਰਵਣ ਸਿੰਘ ਨੂੰ ਬੇਨਤੀ ਕੀਤੀ, ਕਬੱਡੀ ਸਫਾ ਦੇ ਵਿੱਚ, ਖੇਡ ਜਗਤ ਦੇ ਵਿੱਚ ਬਹੁਤ ਵੱਡਾ ਲੰਮਾ ਉੱਚਾ ਕਰਦਾ ਪ੍ਰਿੰਸੀਪਲ ਸਰਵਣ ਸਿੰਘ ਜੀ ਦਾ, ਢੁੱਡੀ ਕੇ ਪੜ੍ਹਾਉਂਦੇ ਰਹੇ ਹੋਰ ਪੰਜਾਬ 'ਚ, ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਉਹਨਾਂ ਨੂੰ। ਬੜੇ ਉਹਨਾਂ ਦੀਆਂ ਬੁੱਕਸ ਜਿਹੜੀਆਂ ਯੂਨੀਵਰਸਿਟੀ ਵਿੱਚ ਖੇਡ ਜਗਤ ਦੀਆਂ, ਜਿਹੜੀਆਂ ਕਾਫੀ ਯੂਨੀਵਰਸਿਟੀ 'ਚ ਪੜ੍ਹਾਈਆਂ ਜਾਂਦੀਆਂ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਕਬੱਡੀ ਨੂੰ ਡਰੱਗ ਦਾ ਜੱਫਾ। ਸ਼ਾਇਦ ਤੁਸੀਂ ਪੜ੍ਹਿਆ ਹੋਇਆ, ਮੈਂ ਵੀ ਪੜ੍ਹਿਆ, ਅਸੀਂ ਉਹਨਾਂ ਕੋਲ ਪੜ੍ਹਦੇ ਵੀ ਰਹੇ ਹਾਂ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਕ੍ਰਿਟਿਕਸ ਤੁਸੀਂ ਕਰਦੇ ਹੋ, ਸਾਰੀ ਗੱਲਬਾਤ ਕਰਦੇ ਹੋ, ਚੈਨਲਾਂ 'ਤੇ ਬੋਲਦੇ ਹੋ, ਵੀ ਥੋੜ੍ਹੇ ਜਿਹੇ ਤੁਹਾਡੇ ਸਹਿਯੋਗ ਦੀ ਲੋੜ ਆ, ਵੀ ਆਪਾਂ ਡਰੱਗ ਟੈਸਟ ਕਰਾਉਣਾ, ਸ਼ਾਇਦ ਸੰਗ ਸ਼ਰਮ ਨਾਲ ਇੱਕ ਵਾਰੀ ਤੁਹਾਨੂੰ ਇਨਵੋਲਵ ਕਰਨਾ ਚਾਹੁੰਦੇ ਹਾਂ, ਵੀ ਆਪਾਂ ਡਰੱਗ ਟੈਸਟ ਕਰਾਈਏ ਕਬੱਡੀ ਦੇ ਵਿੱਚ, ਇੱਥੋਂ ਤੁਰਦੀ ਹੈ ਤਾਣੀ। ਉਹ ਕਹਿੰਦੇ, ਉਹਨਾਂ ਦੀ ਬੋਲੀ ਮਲਵਈ ਹੈ, ਕਹਿੰਦੇ ਕਾਕਾ ਕੋਈ ਗੱਲ ਨਹੀਂ, ਆ ਜਾਵਾਂਗੇ, ਕਰੋ ਤਾਂ ਸਹੀ। ਲਓ ਦਿਨ ਆ ਗਿਆ, ਪਹਿਲਾਂ ਗਰਾਊਂਡ ਦੇ ਵਿੱਚ ਆ ਗਏ, ਉੱਥੇ ਸਾਡੀ ਟੀਮ ਹਾਇਰ ਕੀਤੀ ਹੋਈ ਸੀ ਟੈਸਟ ਕਰਨ ਨੂੰ। ਉਹਨਾਂ ਨੇ ਆਉਂਦੇ ਸਾਰ ਹੀ ਪੁੱਛਿਆ ਜਿਹੜਾ ਲੈਬ ਵਾਲਾ ਮੁੰਡਾ, ਜੀ ਕਾਕਾ ਕਿਹੜੇ ਕਿਹੜੇ ਟੈਸਟ ਕਰ ਰਹੇ ਹੋ ਬਈ ਜਵਾਨੋ, ਐਗਜੈਕਟ ਵਰਡਿੰਗ ਆ ਡੈਟ ਟੂ ਡੈਟ, ਜਿਹਨੇ ਹੰਢਾਈ ਹੋਈ ਆ ਉਹਨੂੰ ਸਾਰਾ ਪਤਾ ਆ, ਸੁਣ ਲਓ। ਕਹਿੰਦਾ ਕੀ ਕਰਦੇ ਹੋ ਜਵਾਨੋ? ਫਿਰ ਉਹ ਕਹਿੰਦੇ ਜੀ ਆਪਾਂ ਟੈਸਟ ਕਰਨੇ ਆ, ਆਹ ਆਹ ਸਾਲਟ ਆ। ਕਹਿੰਦਾ ਕਾਹਦੇ ਸਾਲਟ ਆ ਇਹ? ਕਹਿੰਦੇ ਜੀ ਇਹ ਆਹ ਆਪਾਂ ਟੈਸਟ ਕਰਨਾ, ਇਹਨੂੰ ਮੌਕੇ ਵਾਲਾ ਟੀਕਾ ਕਹਿੰਦੇ, ਇਹਨੂੰ ਸਪੀਡ ਵਾਲਾ ਟੀਕਾ ਕਹਿੰਦੇ ਆ। ਉਹ ਕਹਿੰਦੇ ਹੋਰ ਕਾਹਦੇ ਕਰਨੇ ਆ? ਆਹ ਕਾਹਦੇ ਕਾਹਦੇ ਸਾਲਟ ਆ ਜਿਹੜੇ ਲਿਖੇ ਹੋਏ ਆ, ਜਿਹਨਾਂ 'ਤੇ ਤੂੰ ਨਿਸ਼ਾਨੀ ਨਹੀਂ ਲਾਈ, ਤੂੰ ਇੱਕ 'ਤੇ ਹੀ ਲਾਈ ਆ। ਕਹਿੰਦੇ ਇਹ, ਕਹਿੰਦੇ ਇਸ ਵਾਰੀ ਆਪਾਂ ਇਹੀ ਕਰਨੇ ਆ, ਚਾਨਣਾ ਪਾ ਦੇਣਾ। ਇੱਕ ਭੰਗ ਸੀ, ਇੱਕ ਫੀਮ ਸੀ, ਇੱਕ ਡੋਡੇ ਸੀ, ਕੁਛ ਹੋਰ ਸੀ। ਕਹਿੰਦੇ ਇਹ ਛੱਡ ਦਿਓ, ਬਾਕੀ ਦਾ ਕਰ ਲਓ। ਉੱਥੇ ਹੀ ਪੇਪਰ ਸੈੱਟ ਕੇ ਕਹਿੰਦੇ ਦੁਰ ਫਿੱਟੇ ਮੂੰਹ, ਮੈਂ ਇਹਦਾ ਪਾਰਟ ਨਹੀਂ ਬਣਨਾ, ਆਹ ਲੈਂਗੁਏਜ ਸੀ। ਮੈਂ ਹੁਣ ਬੇਨਤੀ ਕਰਦੇ ਗੁਰੂ ਘਰਾਂ ਨੂੰ, ਜਿੱਥੇ ਜਾ ਕੇ ਮੈਕ ਫੜ ਕੇ ਕੁਝ ਹਫ਼ਤੇ ਪਹਿਲਾਂ ਹੀ ਬੋਲ ਕੇ ਆਏ ਆ, ਵੀ ਤੁਸੀਂ ਇਹਨਾਂ ਦਾ ਪਿੰਡਾਂ ਦੇ ਵਿੱਚ ਜੇ ਕੋਈ ਕਤਲ ਹੋ ਜਾਂਦਾ, ਕੋਈ ਗੱਲ ਹੋ ਜਾਂਦੇ ਸੀ, ਆਪਾਂ ਉਹਨਾਂ ਨਾਲ ਲੈਣਾ ਦੇਣਾ ਬੰਦ ਕਰ ਦਿੰਦੇ ਸੀ, ਆਓ ਇਹਨਾਂ ਨਾਲ ਲੈਣਾ ਦੇਣਾ ਬੰਦ ਕਰ ਦਈਏ। ਮੈਂ ਕਮੇਟੀਆਂ ਨੂੰ ਕਹਿੰਦਾ ਭਾਈ ਇਹਨਾਂ ਨੂੰ ਸਵਾਲ ਪੁੱਛ ਲਓ, ਮੈਂ ਕੋਈ ਵਰਬਲੀ ਤੁਸੀਂ ਕਹਿੰਦੇ ਹੋਵੋਗੇ ਵੀ ਮੈਂ ਊਈਂ ਕਹਿੰਦਾ ਵਾਂ, ਸਰਵਣ ਸਿੰਘ ਜੀ ਨੂੰ ਬੁਲਾਓ, ਮੈਨੂੰ ਵੀ ਸੱਦੋ, ਉੱਥੇ ਬੈਠ ਕੇ ਆਪਾਂ ਇਹ ਗੱਲ ਪ੍ਰੂਵ ਕਰ ਦਈਏ। ਤੁਸੀਂ ਆਪ ਪੁੱਛ ਲਓ ਇਹਨਾਂ ਨੂੰ ਵੀ ਇਹ ਗੱਲ ਹੋਈ ਕਿ ਨਹੀਂ ਹੋਈ। ਸਾਡੇ ਨਾਂ ਜੁਲਾਈ 14, 2022 ਨੂੰ ਪਰਿਵਾਰ ਵੱਲੋਂ ਲਿਖਾਏ ਗਏ 4 ਮਹੀਨਿਆਂ ਬਾਅਦ, ਅਤੇ ਲੱਖੀ ਬੋਲ ਕੇ ਕਹਿੰਦਾ ਵੀ 4-3 ਬੰਦਿਆਂ ਦੇ ਨਾਂ ਨਾਮਜ਼ਦ ਹੋ ਗਏ, ਨੋਮੀਨੇਟ ਹੋ ਗਏ ਇਸ ਕੇਸ ਦੇ ਵਿੱਚ। ਇਹ ਬ੍ਰੇਕਿੰਗ ਨਿਊਜ਼ ਆ, ਨਾ ਤਾਂ ਵੈਰੀਫਾਈ ਕੀਤਾ ਪੁਲਿਸ ਦੇ ਨਾਲ ਵੀ FIR ਹੋ ਗਈ, ਵਾਕਈ FIR ਹੋ ਗਈ, ਕਿਸੇ ਬੰਦੇ ਨੇ ਵੈਰੀਫਾਈ ਨਹੀਂ ਕੀਤੀ। ਸਾਡੇ ਨਾਂ ਪੰਜਾਬ ਪੁਲਿਸ ਦੇ ਵਿੱਚ ਰੋਜ਼ ਨਾਮਚੇ ਦੇ ਵਿੱਚ ਇੰਟਰ ਕਰਾਇਆ। ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਰੋਜ਼ ਨਾਮਚਾ ਕੀ ਹੁੰਦਾ। ਜਦੋਂ ਪੁਲਿਸ ਦੇ ਵਿੱਚ ਕਦੇ ਕੋਈ ਚੋਰੀ ਹੁੰਦੀ ਹੈ, ਕੋਈ ਕਤਲ ਹੁੰਦਾ, ਸਭ ਤੋਂ ਪਹਿਲਾਂ ਸ਼ੱਕ ਦੇ ਆਧਾਰ 'ਤੇ ਰੋਜ਼ ਨਾਮਚੇ 'ਚ
ਐਂਟਰੀ ਕਰਾਈ ਜਾਂਦੀ ਹੈ ਵੀ ਸਾਡੇ ਨਾਵਾਂ 'ਤੇ ਵੀ ਕਰਾਈ ਗਈ ਵੀ ਇਹਨਾਂ ਦੀ ਤਫਤੀਸ਼ ਹੋਣੀ ਚਾਹੀਦੀ ਹੈ, ਐੱਫ ਆਈ ਆਰ ਨਹੀਂ ਸਾਡੇ ਨਾਂ 'ਤੇ ਹੋਈ, ਨੋਟ ਕਰ ਲਓ ਮੀਡੀਆ ਦੇ ਵਿੱਚ, ਵੈਰੀਫਾਈ ਕਰ ਲਓ। ਰੋਜ਼ਨਾਮਚੇ 'ਚ ਐਂਟਰੀ ਕਰਾ ਕੇ ਇਹ ਸ਼ਖਸ ਬੋਲਦਾ ਕਿ ਐੱਫ ਆਈ ਆਰ ਦਰਜ ਹੋ ਗਈ, ਐੱਫ ਆਈ ਆਰ ਦਰਜ ਹੋ ਗਈ, ਭਾਈ ਚਲਾਣ ਵੀ ਹੋਊ, ਸਾਰਾ ਕੁਛ ਹੋਊ। ਸਵਾ ਦੋ ਸਾਲ ਹੋ ਗਏ ਉਸੇ ਚੌਂਕ 'ਚ ਖੜ੍ਹੇ ਹਾਂ ਅੱਜ। ਪੇਡ ਮੀਡੀਆ ਸੀ ਜਿਹੜਾ ਜਿਹੜਾ ਬੋਲਿਆ, ਸਪੈਸ਼ਲੀ ਇਹ ਦੋ ਕੁ ਚੈਨਲ, ਇੱਕ ਦੋ ਬੰਦੇ ਤਾਂ ਇਹੋ ਜਿਹੇ ਸੀ ਜਿਨ੍ਹਾਂ ਨੇ ਬੇਸਿਕਲੀ ਇਹ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੀ, ਕਾਰਨ ਅੱਗੇ ਦੱਸੂੰਗਾ ਕਾਹਤੇ ਕੀਤੀ, ਕਿਰਦਾਰ ਕੁਸ਼ੀ ਕੀਤੀ ਗਈ ਸਾਡੀ, ਅੱਡੋ ਅੱਡ ਕਿੱਥੇ ਕਿੱਥੇ ਬੈਠੇ ਹਾਂ ਅਸੀਂ, ਸਾਰਿਆਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਮੀਡੀਆ ਵਾਲਾ ਟਾਕ ਵਿਦ ਰਤਨ ਵੈੱਬ ਚੈਨਲ ਅਗੇਨ, ਉਹ ਸੰਦੀਪ ਨੰਗਲ ਅੰਬੀਆਂ ਦੀ ਇੰਟਰਵਿਊ ਵਾਈਫ ਦੀ ਕਰਦਾ, ਕਹਿੰਦਾ ਜੀ ਤੁਹਾਨੂੰ ਧਮਕੀਆਂ ਵੀ ਆਉਂਦੀਆਂ ਹੋਣੀਆਂ। ਹਾਂਜੀ ਸਾਨੂੰ ਧਮਕੀਆਂ ਵੀ ਆਉਂਦੀਆਂ। ਫਿਰ ਜੀ ਉਹ ਨੰਬਰ ਤੁਸੀਂ ਪੁਲਿਸ ਨੂੰ ਦਿੱਤੇ ਹੋਣੇ, ਹਾਂਜੀ ਅਸੀਂ ਨੰਬਰ ਪੁਲਿਸ ਨੂੰ। ਇਸ ਕਦਰ ਦੀ ਪੱਤਰਕਾਰਤਾ ਕੀ ਜਾਇਜ਼, ਕੋਈ ਨੈਤਿਕ ਕਦਰਾਂ ਕੀਮਤਾਂ, ਕੋਈ ਐਥੀਕਲੀ ਪੱਤਰਕਾਰੀ ਨਹੀਂ ਕੀਤੀ, ਸਿਰਫ ਇੱਦਾਂ ਦੀਆਂ ਇੰਟਰਵਿਊ ਕਰਕੇ ਸਾਡੇ ਨਾਂ ਸਾਡੇ ਅਕਸ ਇੱਦਾਂ ਵਿਗਾੜੇ ਗਏ। ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰੀਆਂ ਇੰਟਰਵਿਊ, ਜਿਹਦਾ ਰੈਫਰੈਂਸ ਲਊਂਗਾ ਜਦੋਂ ਮਰਜ਼ੀ ਸਵਾਲ ਪੁੱਛ ਲਿਓ, ਵਿਦ ਪਰੂਫ ਦਊਂਗਾ, ਤੁਸੀਂ ਦੇਖਣਾ ਹੁਣ। ਸੋ ਲੋਕਲ ਇੰਗਲੈਂਡ ਦੇ ਵਿੱਚ ਵੀ ਇੱਕ ਦੋ ਮੀਡੀਆ ਵਾਲੇ ਸੀ, ਉਹਨਾਂ ਨੇ ਵੀ ਕਾਫੀ ਕੀਤਾ, ਚਲੋ ਕਿਹਦਾ ਕਿਹਦਾ ਨਾਂ ਲਈਏ। ਕੁੱਲ ਮਿਲਾ ਕੇ ਖੱਜਲ ਹੋ ਗਏ ਸਾਰੀ ਦੁਨੀਆ ਦੇ ਵਿੱਚ ਇਹਨਾਂ ਕਾਰਨਾਂ ਕਰਕੇ, ਇਹਨਾਂ ਬੰਦਿਆਂ ਕਰਕੇ। ਇਸ ਦੌਰਾਨ ਸੁਖਾਮਾਨ ਨੇ ਕਬੱਡੀ ਅਤੇ ਗੈਂਗਸਟਰਸ ਦੇ ਸੰਬੰਧਾਂ ਦੇ ਲਈ ਸਿੱਧਾ ਨਿਸ਼ਾਨਾ ਕਬੱਡੀ ਦੇ ਕਮੈਂਟੇਟਰਸ ਦੇ ਉੱਤੇ ਬੰਨਿਆ। ਹੁਣ ਤੁਸੀਂ, ਤੁਹਾਡੇ ਸਵਾਲ ਸੀ ਮੀਡੀਆ ਦੇ ਬਹੁਤ ਵਾਰ ਮੀਡੀਆ 'ਤੇ ਵੀ ਆਮਦ ਕਿਵੇਂ ਹੋਈ ਗੈਂਗਸਟਰਾਂ ਦੀ ਕਬੱਡੀ ਦੇ ਵਿੱਚ, ਸੁਣ ਲਓ। ਅਮਨ ਲੋਪੋ ਕਮੈਂਟਰੀ ਵਾਲਾ, ਮੇਨ ਕਮੈਂਟਰੀ ਵਾਲਾ ਇਹਨਾਂ ਦਾ, ਬੋਲਦਾ ਥਾਂ ਥਾਂ 'ਤੇ ਸਾਡੇ ਭਰਾਵਾਂ ਦੇ ਮੇਲੇ ਆ, ਕਿਹੜੇ ਕਿਹੜੇ ਪਿੰਡ ਬੋਲਦਾ ਵਾ, ਕਿਹੜੇ ਕਿਹੜੇ ਭਰਾ ਵਾ, ਇਹ ਵੀ ਦੱਸ ਦੇਂਗੇ ਭਾਈ, ਤੂੰ ਵੀ ਬੋਲ ਕੇ ਦੱਸ ਦੇ। ਹੁਣ ਕਬੱਡੀ ਦੇ ਵਿੱਚ ਗੈਂਗਸਟਰਾਂ ਨੂੰ ਲਿਆਉਣ ਵਾਲਾ ਕੋਈ ਹੋਰ ਨਹੀਂ, ਕਮੈਂਟਰੀਆਂ ਵਾਲੇ ਆ, ਇਹਨਾਂ ਨੂੰ ਕਦੇ ਸਵਾਲ ਪੁੱਛਿਆ ਕਰੋ ਵੀ ਗੈਂਗਸਟਰ ਕਿਵੇਂ ਆਏ, ਤੁਹਾਡੇ ਭਰਾ ਕਿਵੇਂ ਹੋਏ। ਮੈਂ 30 ਸਾਲ ਕੰਮ ਕੀਤਾ ਇਹ ਦੇਸ਼ ਦੇ ਵਿੱਚ, ਦੋ ਨੰਬਰ ਸੀ, 15 ਸਾਲ 1 15 ਸਾਲ 1, ਆ ਭਾਜੀ ਨੂੰ ਮੇਰਾ ਖਿਆਲ 40-50 ਸਾਲ ਹੋ ਗਏ, ਕਿੰਨੇ ਨੰਬਰ ਹੋਣਗੇ ਜ਼ਿੰਦਗੀ 'ਚ, ਇੱਕ ਫੋਨ ਹੁੰਦਾ ਐਟ ਏ ਟਾਈਮ। ਕਮੈਂਟਰੀ ਵਾਲੇ ਅਤੇ ਪਲੇਅਰਾਂ ਕੋਲ 3 ਤਿੰਨ ਆ, ਕਿਹੜੇ ਕੋਲੇ ਦਾ ਬਿਜ਼ਨਸ ਚੱਲਦਾ। ਇਹ ਐੱਨ ਆਈ ਏ ਨੂੰ ਨੰਬਰ ਦੇ ਦਿਓ, ਸੰਦੀਪ ਦੇ ਪਰਿਵਾਰ ਨੂੰ ਕਹਿੰਦਾ ਦਿਓ ਮੰਗੀ ਦਾ, ਸੰਦੀਪ ਦੇ ਤਾਂ ਮੇਰਾ ਖਿਆਲ ਗਏ ਹੀ ਹੋਏ ਆ, ਬਾਕੀ ਤੱਥ ਸਾਹਮਣੇ ਆ ਜਾਣਗੇ, ਦੇ ਦਿਓ ਅਮਨ ਲੋਪੋ ਦਾ, ਸਾਡੇ ਵੀ ਦਿਓ, ਮੈਂ ਲਿਖ ਕੇ ਦਿੰਦਾ, ਲਿੰਕ ਜਨਰੇਟ ਕਰਕੇ ਦਿਖਾਇਓ ਤਾਂ ਮੰਨੋ, ਬਾਕੀ ਅੱਗੇ ਦੱਸ ਦੇਵਾਂ। ਸੁਰਜਣ ਚੱਠਾ ਜੀ ਦਾ ਨੰਬਰ ਜਿਹੜਾ ਹੈਗਾ, ਉਹਨਾਂ ਨੂੰ ਸੱਦਿਆ ਗਿਆ ਐੱਨ ਆਈ ਏ ਵੱਲੋਂ, ਦਿੱਲੀ ਜਾ ਕੇ ਆਏ, ਫੋਨ ਬਾਅਦ 'ਚ ਆਇਆ ਉਹਨਾਂ ਦਾ, ਚੈੱਕ ਹੋ ਗਿਆ ਸਾਰਾ ਕੁਛ, ਸਾਡੇ ਵੀ ਕਰਾਓ ਕੋਈ ਪ੍ਰੋਬਲਮ ਨਹੀਂ, ਇਹਨਾਂ ਦੇ ਵੀ ਕਰਾਓ। ਬਿੱਲੀ ਇੱਥੇ ਹੀ ਆ, ਥੈਲਿਓਂ ਬਾਹਰ ਆਈ ਲਓ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਸਬੂਤ ਵੀ ਨੇ ਕਿ ਕਬੱਡੀ ਵਿੱਚ ਹੋਏ ਡੋਪ ਟੈਸਟਾਂ ਦੇ ਦੌਰਾਨ ਸੰਦੀਪ ਨੰਗਲੰਬੀਆਂ ਸਣੇ ਕਿਹੜੇ ਕਿਹੜੇ ਖਿਡਾਰੀਆਂ ਦੇ ਟੈਸਟ ਪੋਜ਼ਿਟਿਵ ਪਾਏ ਗਏ ਸੀ ਅਤੇ ਉਹਨਾਂ ਦੇ ਨਾਮ ਸੂਚੀ 'ਚੋਂ ਬਾਹਰ ਕੱਢਣ ਲਈ ਕਿਸ ਕਦਰ ਉਹਨਾਂ ਦੇ ਉੱਤੇ ਦਬਾਅ ਪਾਇਆ ਗਿਆ। ਆਪਾਂ ਹਰ ਗੱਲ ਤੱਥ ਦੇ ਆਧਾਰ ਨਾਲ ਕਰਨੀ ਆ। ਇਹਨਾਂ ਨੇ 2018 ਦੇ ਵਿੱਚ ਟੈਸਟ ਕੀਤੇ, ਉਹਦੇ ਵਿੱਚ ਉਸ ਤੋਂ ਸੀਜ਼ਨ ਲੋਕਲ ਤੋਂ ਬਾਅਦ ਕੱਪ 'ਤੇ ਟੈਸਟ ਕੀਤੇ, ਜਿਹੜੇ ਕੈਨੇਡਾ ਕੱਪ ਹੋਇਆ 2018 ਸੀਜ਼ਨ ਦਾ,
ਉਸ ਕੱਪ ਦੇ ਵਿੱਚ 16-17 ਪਲੇਅਰ ਪੋਜ਼ਿਟਿਵ ਪਾਏ ਗਏ। ਹੁਣ ਕਲੈਰਿਟੀ ਦੇਣ ਲੱਗਿਆਂ ਧਿਆਨ ਕਰ ਲਿਓ ਗੱਲ 'ਤੇ, ਉਹ ਕੱਪ ਦੇ ਵਿੱਚ ਜਿਹੜੇ ਪਲੇਅਰ ਆਏ, ਕਿਸੇ ਨੇ ਕੁਛ ਖਾਧਾ, ਕਿਸੇ ਨੇ ਕੁਛ ਖਾਧਾ, 6 ਬੰਦਿਆਂ ਦੀ ਲਿਸਟ ਬਣਾਈ ਇਹਨਾਂ ਨੇ, ਉਹਨਾਂ ਨੇ ਲਿਸਟ ਦੁਨੀਆ ਨੂੰ ਜਾਰੀ ਕਰਤੀ ਫੈਡਰੇਸ਼ਨ ਵੀ ਆਹ 6 ਪਲੇਅਰ ਬੈਨ ਕੀਤੇ ਆ, ਬਾਕੀ ਦੇ 12 ਛੱਡਤੇ। ਉਹ 'ਚ ਸੰਦੀਪ ਨੰਗਲ ਅੰਬੀਆਂ ਪੋਜ਼ਿਟਿਵ ਆਇਆ ਸੀ, ਉਹ ਟੈਸਟ ਮੈਂ ਨਹੀਂ ਕੀਤਾ ਗਾ, ਮੈਂ ਬਦਨਾਮ ਨਹੀਂ ਕਰਦਾ, ਉਹ ਇਹਨਾਂ ਦਾ ਕੀਤਾ ਹੋਇਆ ਟੈਸਟ ਆ। ਇਹ ਹੁਣ ਤੁਸੀਂ ਮੀਡੀਆ ਆਪ ਵੈਰੀਫਾਈ ਕਰ ਲਿਓ ਭਾਈ, ਬਾਕੀ ਤੁਸੀਂ ਜਿੱਥੇ ਜਿੱਥੇ ਜਿਹੜਾ ਵੀ ਕੋਈ ਇਸ ਕਬੱਡੀ ਨੂੰ ਪਿਆਰ ਕਰਦਾ ਇਹਨਾਂ ਨੇ ਵੈਰੀਫਾਈ ਕਰ ਲਿਓ ਵੀ ਸੰਦੀਪ ਨੰਗਲ ਅੰਬੀਆਂ ਦਾ ਟੈਸਟ ਕੀ ਤੁਸੀਂ ਕੀਤਾ ਸੀ, ਕੀਤੇ ਸੀ ਇਹ ਟੈਸਟ, ਅਤੇ ਜੇ ਕੀਤੇ ਸੀ ਤਾਂ ਕੀ ਲਜੈਟ ਆ ਇਹ ਟੈਸਟ, ਵਾਕਿਆ ਹੀ ਪੋਜ਼ਿਟਿਵ ਆਇਆ ਸੀਗਾ, ਇਹਨਾਂ ਦੀ ਲਿਸਟ ਆ, ਆਹ ਲਿਸਟ ਸਾਡੇ ਕੋਲ ਆ ਭਾਈ, ਆਪਦੀਆਂ ਕਾਪੀਆਂ ਲੈ ਕੇ ਜਾਇਓ। ਹੁਣ ਸੰਦੀਪ ਨੇ ਉਸ ਵੇਲੇ ਮੈਥਾਡੋਨ ਖਾਧੀ ਸੀ, ਸਰਚ ਕਰ ਲਿਓ ਯੂਟਿਊਬ 'ਤੇ ਜਾ ਕੇ, ਗੂਗਲ 'ਤੇ ਮੈਥਾਡੋਨ ਕਾਹਤੇ ਖਾਧੀ ਜਾਂਦੀ। ਉਦੋਂ ਗਾਹਾਂ ਆਹ ਐਵੀਡੈਂਸ ਆ ਉਸ ਵੇਲੇ ਦਾ ਫੈਡਰੇਸ਼ਨ ਦਾ, ਕਾਪੀ ਲੈ ਕੇ ਜਾਇਓ। ਇੱਥੇ ਪ੍ਰਧਾਨ, ਚੇਅਰਮੈਨ, ਸੈਕਟਰੀ, ਖਜ਼ਾਨਚੀ, ਮੈਂਬਰ ਸਾਰਿਆਂ ਦੇ ਸੈਨ ਆ ਫੈਡਰੇਸ਼ਨ ਦਾ ਪੇਪਰ। ਇਹਨਾਂ ਨੇ ਲਿਖਿਆ ਕੀ ਆ, ਦੁਨੀਆ ਦੀਆਂ ਫੈਡਰੇਸ਼ਨਾਂ ਨੂੰ ਕਹਿੰਦੇ ਹਾਂ ਵੀ ਅਸੀਂ ਆਹ 6 ਪਲੇਅਰ ਜਿਹੜੇ ਆ ਬੈਨ ਕੀਤੇ ਆ, ਸੱਚ ਐਂਡ ਸੱਚ ਨੇਮ ਆ। ਇਹਨਾਂ ਦੇ ਡੋਪ ਟੈਸਟ ਦੇ ਵਿੱਚ ਸਪੀਡ ਦਾ ਟੈਸਟ ਕੀਤਾ ਸੀ, ਮੌਕੇ ਵਾਲਾ ਪੰਜਾਬੀ 'ਚ ਠੋਕ ਕੇ ਲਿਖਿਆ ਹੋਇਆ, ਪੋਜ਼ਿਟਿਵ ਪਾਏ ਗਏ। ਉਹ 'ਚ ਸੰਦੀਪ ਹੋਣੀ ਬਾਕੀ ਦੇ 12 ਛੱਡਤੇ ਅਤੇ ਸਿਰਫ ਮੌਕੇ ਵਾਲਾ ਆਹ ਕਰਤਾ, ਇੱਦਾਂ ਦੇ ਕੰਮ ਕਰਦੇ ਆਏ ਆ ਇਹ। ਇਹ ਸਵਾਲ ਉਠਾਉਂਦੇ ਸੀ ਅਸੀਂ ਵੀ ਤੁਸੀਂ ਆਹ ਕੰਮ ਆਪਾਂ ਨਾ ਕਰੀਏ, ਆਹ ਪਏ ਪੇਪਰ, ਚਾਹੇ ਕਮੇਟੀਆਂ ਪੁੱਛ ਲਓ, ਚਾਹੇ ਮੀਡੀਆ ਪੁੱਛ ਲਵੇ। ਸੁਖਾਮਾਨ ਨੇ ਕਿਹਾ ਕਿ ਬਿਨਾਂ ਕਿਸੇ ਠੋਸ ਸਬੂਤ 'ਤੇ ਉਹਨਾਂ ਅਤੇ ਫੈਡਰੇਸ਼ਨ ਦੇ ਬਾਕੀ ਕਬੱਡੀ ਪ੍ਰਮੋਟਰਸ ਦੇ ਨਾਮ ਇਸ ਕਤਲ ਕਾਂਡ ਵਿੱਚ ਪਾਏ ਜਾ ਰਹੇ ਨੇ। ਰੈਡ ਐਫ ਐਮ ਲਈ ਬ੍ਰੈਂਪਟਨ ਤੋਂ ਤਰਨਜੀਤ ਕੌਰ ਘੁੰਮਣ ਦੀ ਰਿਪੋਰਟ।